नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फिर नशे का जो चिट्टा तो इन्ना विकन डिया ना साडे पिंड दे विच बहुत ज्यादा, पिंड छड्डो गली दे विच घर च ही आ गया है। हुण ते जे उन्हां नूं डकीए ते कह दिंदे ने भी तुसीं कौन हुंदे सानूं डकण वाले, असीं ते शरेआम विच ना साडी सपोर्ट बहुत आ, साडी मंत्रियां दी वी सपोर्ट आ, थाणे दी वी सपोर्ट आ, ਤੇ ਦੂਜੇ ਮੁੰਡਿਆਂ ਦੀ ਸਪੋਰਟ ਆ। ਜੇ ਕਹਿੰਦੇ ਆ ਤੇ ਕਹਿੰਦੇ ਮੁੰਡੇ ਪਵਾ ਦਾਂਗੇ ਬਾਹਰੋਂ, ਪਰ ਪਿੰਡ ਦੇ ਨੇ ਮੁੰਡੇ। ਮੰਗ ਇਹੀ ਕਰਨੇ ਵੀ ਚਿੱਟੇ ਦਾ ਨਸ਼ਾ ਇੱਥੋਂ ਮੁੱਕਣਾ ਚਾਹੀਦਾ। ਜੇ ਉਹਨਾਂ ਡੱਕੀਏ ਨਾ ਜਿਹੜੇ ਆਉਂਦੇ ਨੇ ਮੁੰਡੇ, ਉਹਨਾਂ ਦੇ ਦੁਆਲੇ ਹੋਈਏ ਤੇ ਉਹ ਵੀ ਕਹਿੰਦੇ ਨੇ ਕੋਈ ਗੱਲ ਨੀ, ਕੋਈ ਗੱਲ ਨੀ, ਕਰ ਲਾਂਗੇ, ਜੋ ਕਰਨਾ ਹੀ ਕਰ ਲਾਂਗੇ, ਤੁਸੀਂ ਕਰੋ ਜੋ ਕਰਦੇ ਜੀ, ਏਦਾਂ ਕਰੀ ਜਾਂਦੇ ਨੇ। ਮੰਗ ਇਹੀ ਕਰਨੇ ਆ ਵੀ ਚਿੱਟੇ ਦਾ ਨਸ਼ਾ ਜਿਹੜਾ ਇੱਥੋਂ ਮੁੱਕਣਾ ਚਾਹੀਦਾ ਆ। ਸਾਡੇ ਬੱਚੇ ਅਜੇ ਤੇ ਛੋਟੇ ਆ ਤੇ ਜਦੋਂ ਵੱਡੇ ਹੋ ਉਹਨਾਂ ਨੇ ਫਿਰ ਇਸੇ ਕੰਮੇ ਲੱਗਣਾ ਆ। ਅਗਲੀ ਪੀੜ੍ਹੀ ਜਿਹੜੀ ਉਹ ਖਤਮ ਹੋ ਜਾਣੀ ਆ ਨਸ਼ੇ ਦੇ ਨਾਲ। ਇੱਕ ਇੱਕ ਜੀ ਹਰ ਇੱਕ ਦਾ ਇੱਕ ਇੱਕ ਬੱਚਾ ਹੈਗਾ ਆ। ਹੁਣ ਤੁਸੀਂ ਵੇਖੋ ਕਿੰਨੇ ਬੱਚੇ ਨਸ਼ੇ ਦੇ ਨਾਲ ਮਰਦੇ ਪਏ ਆ, ਕਿਸੇ ਨੇ ਕਿਤੇ ਟੀਕਾ ਲਾ ਕੇ ਮਰ ਗਿਆ, ਕੋਈ ਕਿਤੇ ਟੀਕਾ ਲਾ ਕੇ ਮਰ ਗਿਆ, ਕੋਈ ਪੁੱਛਦਾ ਹੈਗਾ, ਕੋਈ ਪੁੱਛਦਾ ਨੀ। ਚਾਰ ਦਿਨ ਜਾਂ ਆਉਂਦੇ ਨੇ ਪੁਲਿਸ ਵਾਲੇ, ਕੋਈ ਕੰਮ ਕਰਕੇ ਬਾਹਰ ਜਾਂਦੇ, ਕੋਈ ਨੀ ਪੁੱਛਦਾ ਕਿਸੇ ਨੂੰ। ਮਾਵਾਂ ਰੋਂਦੀਆਂ ਰਹਿੰਦੀਆਂ ਨੇ, ਘਰ ਦਾ ਸਾਰਾ ਸਮਾਨ ਵੇਚ ਛੱਡਿਆ ਕਈਆਂ ਨੇ, ਕੋਈ ਨੀ ਪੁੱਛਦਾ ਇੱਥੇ। ਸਰ, ਸਾਡੇ ਪਿੰਡ ਨੂੰ ਨਸ਼ਾ ਬਹੁਤ ਵੇਖ ਰਿਹਾ ਆ, ਇਸ ਨੂੰ ਠੱਲ ਦੇਣੀ ਚਾਹੀਦੀ ਆ। ਇਹ ਜੇਕਰ ਅਸੀਂ ਉਹਨਾਂ ਨੂੰ ਕੱਟਦੇ ਆ ਤੇ ਉਹ ਬੋਲਦੇ ਨੇ ਕਿ ਜੋ ਤੁਸੀਂ ਮਰਜ਼ੀ ਕਰ ਲਓ, ਅਸੀਂ ਸ਼ਰਿਆਮ ਵੇਚਣਾ। ਅੱਜ ਮੇਰੇ ਹਸਬੈਂਡ ਬਾਹਰ ਆਪਣੇ ਕੰਮ ਨੂੰ ਗਲੀ ਵਿੱਚ ਗਏ ਸੀ ਤੇ ਦੋ ਮੁੰਡੇ ਇਦਾਂ ਲੈਣ ਆਏ ਸੀ ਉਹਨਾਂ ਦੇ ਘਰ, ਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਬੰਦਾ ਲੈ ਮਤਲਬ ਵੇਚ ਰਿਹਾ ਆ ਉਹਨੇ ਅੱਗੇ ਸ਼ਰਿਆਮ ਕਿਹਾ ਕਿ ਅਸੀਂ ਵੇਚਣਾ, ਤੁਸੀਂ ਜੋ ਮਰਜ਼ੀ ਕਰ ਲਓ, ਤੇ ਸਾਡੇ ਬੱਚਿਆਂ ਨੂੰ ਸਾਡੇ ਘਰ ਦੇ ਜੀਆਂ ਨੂੰ ਇਹਨਾਂ ਤੋਂ ਡਰ ਆ ਕਿ ਕੋਈ ਵੀ ਨੁਕਸਾਨ ਹੁੰਦਾ ਆ ਤੇ ਉਹ ਕਰਵਾਉਣਗੇ ਸਾਨੂੰ ਧਮਕੀਆਂ ਦਿੰਦੇ ਨੇ, ਕਈ ਮੰਤਰੀਆਂ ਤੱਕ ਚੱਲ ਜਾਣਾ ਆ ਤੇ ਅਸੀਂ ਮਤਲਬ ਸਾਡੇ ਤੇ ਕਾਰਵਾਈ ਕਰਵਾਉਣਗੇ। ਤੇ ਇਹਨਾਂ ਨੂੰ ਖਤਮ ਕਰਨਾ ਚਾਹੀਦਾ, ਬਸੰਤਪੁਰ ਪਿੰਡ ਦੇ ਵਿੱਚ ਬਹੁਤ ਗੰਦ ਪਿਆ ਹੋਇਆ ਹੈ। ਉਹਨਾਂ ਨੇ ਤੇ ਕਿਹਾ ਕਿ ਅਸੀਂ ਕਾਰਵਾਈ ਕਰਾਂਗੇ, ਸਾਡੀ ਸਪੋਰਟ ਕਰੋ, ਅਸੀਂ ਤਾਂ ਉਹਨਾਂ ਦੇ ਨਾਲ ਆ। ਸਰ, ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਇਹ ਨਸ਼ਾ ਖਤਮ ਹੋਣਾ ਚਾਹੀਦਾ, ਕਿਉਂਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਜ਼ਿਆਦਾ ਡਰ ਆ। ਹੁਣ ਤਾਂ ਵੱਡੇ ਕਰ ਰਹੇ ਨੇ, ਬਾਅਦ ਵਿੱਚ ਛੋਟੇ ਛੋਟੇ ਬੱਚੇ ਨੇ ਜਿਹੜੇ, ਉਹ ਵੇਖਦੇ ਸਾਰਾ ਕੁਛ ਕੀ ਹੋ ਰਿਹਾ ਪਿੰਡ ਦੇ ਵਿੱਚ, ਫਿਰ ਉਹੀ ਕੱਲ੍ਹ ਨੂੰ ਕਰਨਗੇ ਤੇ ਫਿਰ ਅਸੀਂ ਉਹਨਾਂ ਨੂੰ ਕਿਵੇਂ ਡੱਕ ਸਕਦੇ ਹਾਂ। ਸਰ, ਫਿਰ ਸਾਡੀ ਇਹੀ ਮੰਗ ਆ ਕਿ ਇਹ ਨਸ਼ਾ ਬੰਦ ਹੋਣਾ ਚਾਹੀਦਾ। ਸਾਡੇ ਪਿੰਡ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵਿਕ ਰਿਹਾ, ਪਿੰਡ ਦੇ ਸਿਆਣਿਆਂ ਨੇ, ਮੋਹਤਗੁਰ ਬੰਦਿਆਂ ਨੇ ਉਹਨਾਂ ਨੂੰ ਮਨਾ ਕੀਤਾ ਨਸ਼ਾ ਵੇਚਣ ਤੋਂ, ਪਰ ਉਹ ਮਤਲਬ ਨਹੀਂ ਅੱਖ ਲੱਗੇ ਤੇ ਸਮੇਂ ਸਮੇਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਸਾਰਿਆਂ ਨੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਫਿਰ ਵੀ ਉਹ ਬਾਜ਼ ਨਹੀਂ ਆਏ। ਇਸ ਕਰਕੇ ਸਾਡੇ ਪਿੰਡ ਦੇ ਸਾਰੇ ਮੋਹਤਗੁਰ ਸਿਆਣੇ, ਸਰਪੰਚ ਵੀ, ਬੀਬੀਆਂ ਵੀ ਇਸੇ ਮਸਲੇ ਦੇ ਵਿੱਚ ਥਾਣੇ ਕੋਲੀ ਸੂਰਤ ਮੱਲੀ ਆਏ ਆਪਣੀ ਫਰਿਆਦ ਲੈ ਕੇ, ਤੇ ਸਾਡੇ ਪਿੰਡ ਦੇ ਵਿੱਚੋਂ ਨਸ਼ਾ ਬਿਲਕੁਲ ਖਤਮ ਹੋਣਾ ਚਾਹੀਦਾ। ਕਿਸੇ ਵੀ ਹਾਲਤ ਵਿੱਚ ਅਸੀਂ ਇਸ ਨਸ਼ੇ ਦੇ ਵਿਰੁੱਧ ਵਿੱਚ 100% ਸਪੋਰਟ ਦੇਣ ਵਾਸਤੇ ਤਿਆਰ ਹਾਂ, ਪਰ ਪ੍ਰਸ਼ਾਸਨ ਕੋਲੋਂ ਆਪਾਂ ਇਹ ਮੰਗ ਕਰਦੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਬਿਲਕੁਲ ਨਹੀਂ ਹੋਣਾ ਚਾਹੀਦਾ। ਜੇ ਇਹ ਨਹੀਂ ਖਤਮ ਹੁੰਦਾ ਤੇ ਪ੍ਰਸ਼ਾਸਨ ਖਤਮ ਹੈ ਬਿਲਕੁਲ, ਸ਼ਰਿਆਮ ਕਹਿੰਦੇ ਪ੍ਰਸ਼ਾਸਨ ਜਿਹੜਾ ਹੈ ਉਹ ਜ਼ੀਰੋ ਹੈ, ਪ੍ਰਸ਼ਾਸਨ ਨਹੀਂ ਮੰਨਦੇ। ਜੇ ਇਹ ਨਸ਼ਾ ਵਿਕਦਾ ਪ੍ਰਸ਼ਾਸਨ ਚਾਹੇ ਤੇ ਇੱਕ ਮਿੰਟ ਦੇ ਵਿੱਚ ਨਸ਼ਾ ਖਤਮ ਹੋ ਸਕਦਾ। ਸਾਡੀ ਪੁਰਜਰ ਅਪੀਲ ਹੈ ਕਿ ਪਿੰਡ ਦੇ ਵਿੱਚ ਨਸ਼ਾ ਜਿਹੜਾ ਹੈ ਬਿਲਕੁਲ ਨਹੀਂ ਵਿਕਣਾ ਚਾਹੀਦਾ, ਕਿਉਂਕਿ ਨਿੱਕੇ ਨਿੱਕੇ ਬੱਚੇ ਆ, ਆਉਣ ਵਾਲਾ ਸਮਾਂ ਆਪਾਂ ਕਿੱਦਾਂ ਦੀ ਗਰਾਊਂਡ ਤਿਆਰ ਕਰਨ ਰਹੇ ਹਾਂ ਜੋ ਬੱਚਿਆਂ ਦੇ ਭਵਿੱਖ ਵਾਸਤੇ ਬਹੁਤ ਖਤਰਨਾਕ ਸਾਬਤ ਹੋਏਗਾ।